ਮੈਂ ਸਮੇਤ ਪੁਲਿਸ ਪਾਰਟੀ ਸੁਲਤਾਨਗੜ੍ਹ ਚੌਂਕ ਮੌਜੂਦ ਸੀ। ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਕੋਟ ਮਾਣਾ ਸਿੰਘ ਰੋਡ 'ਤੇ ਇੱਕ ਹੋਟਲ ਆ, ਗੈਸਟ ਹਾਊਸ, GD ਗੈਸਟ ਹਾਊਸ, ਉਹਦੇ ਵਿੱਚ ਦੇਹ ਵਪਾਰ ਦਾ ਧੰਦਾ ਜਿਹੜਾ ਚੱਲ ਰਿਹਾ ਵਾ। ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉੱਥੇ ਕਾਫੀ ਜੋੜੇ ਜਿਹੜੇ ਆ ਉਹ ਮਿਲ ਸਕਦੇ ਆ। ਅਤੇ ਮੈਂ ਸਮੇਤ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਅਤੇ ਉਸ GD ਗੈਸਟ ਹਾਊਸ ਨੀਵੀਂ ਗਲੀ ਰੇਡ ਕੀਤਾ ਅਤੇ ਉੱਥੋਂ ਸਾਨੂੰ 4 ਜੋੜੇ ਅਤੇ ਇੱਕ ਰਾਖੀ ਰੱਖ ਰਿਹਾ ਜਵਾਨ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ। ਹੋਟਲ ਦੇ ਮਾਲਕ ਜਿਹੜੇ ਨੇ ਸੰਨੀ, ਇੱਕ ਦੂਸਰਾ ਸੀ, ਉਹ ਜਿਹੜੇ ਉਹ ਪੁਲਿਸ ਜਦ ਗਈ ਹੈ ਗਲੀ ਦੇ ਵਿੱਚ ਅਤੇ ਉਹ ਦੌੜ ਗਏ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਾਂਗੇ। ਇਸੇ ਤਰ੍ਹਾਂ ਹੀ ਜੇਕਰ ਥਾਣੇ ਦੀ ਹਦੂਦ ਅੰਦਰ ਹੋਰ ਕਿਸੇ ਵੀ ਹੋਟਲ ਦੇ ਵਿੱਚ ਜਾਂ ਕਿਸੇ ਨੇ ਗੈਸਟ ਹਾਊਸ ਵਿੱਚ ਜਾਂ ਕਿਸੇ ਘਰ ਦੇ ਵਿੱਚ ਕੋਈ ਦੇਹ ਵਪਾਰ ਦਾ ਜਾਂ ਕੋਈ ਨਸ਼ਾ ਤਸਕਰੀ ਦੀ ਕੋਈ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਅਤੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ। ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ, ਉਹਦੇ ਬਾਰੇ ਹਰ ਇੱਕ ਪੁਲਿਸ ਅਫਸਰਾਂ ਵੱਲੋਂ ਹੁਕਮ ਆ ਵੀ ਆਪੋ ਆਪਣੇ ਸੈੱਲ ਛੱਡੇ ਜਾਣ ਅਤੇ ਕੋਈ ਵੀ ਨਸ਼ੇਰੀ ਜਾਂ ਕੋਈ ਜਿਹੜਾ ਗੈਰ ਕਾਨੂੰਨੀ ਧੰਦਾ ਚੱਲ ਰਿਹਾ ਵਾ ਉਹਨਾਂ ਨੂੰ ਨੱਥ ਪਾਉਣੀ ਆ। ਉਹਨਾਂ ਨੂੰ ਨੱਥ ਪਾਉਣ ਵਾਸਤੇ ਅਸੀਂ ਆਪਣੇ ਇਹੋ ਜਿਹੇ ਸੀਕ੍ਰੇਟ ਇਨਫੋਰਮੇਸ਼ਨ ਤਹਿਤ ਆਦਮੀ ਲਾਏ ਹੋਏ ਆ। ਜਦੋਂ ਸਾਨੂੰ ਉਹ ਦੱਸਦੇ ਆ ਅਸੀਂ ਤੁਰੰਤ ਜਿਹੜੀ ਆ ਆਪਣੇ ਅਫਸਰਾਂ ਦੇ ਨੌਲੇਜ ਲਿਆ ਕੇ ਕਾਰਵਾਈ ਕਰ ਦਿੰਦੇ। ਇੱਕ ਕੋਟ ਮਾਣਾ ਸਿੰਘ ਰੋਡ 'ਤੇ ਨੀਵੀਂ ਗਲੀ ਆ, ਉੱਥੇ GD ਗੈਸਟ ਹਾਊਸ ਸੀਗਾ। ਇਹ ਹੋਟਲ 'ਚ ਪਹਿਲੀ ਵਾਰੀ ਫੜਿਆ ਗਿਆ, ਇਹ ਕੋਈ 15-20 ਦਿਨ ਤੋਂ ਇਹ ਹੋਟਲ ਨਵਾਂ ਇਹਨਾਂ ਚਲਾਇਆ ਸੀਗਾ ਅਤੇ ਇਹਦੇ ਬਾਰੇ ਸਾਨੂੰ ਪਤਾ ਲੱਗਾ ਅਤੇ ਅਸੀਂ ਕਾਰਵਾਈ ਕਰ ਦਿੱਤੀ। ਨਹੀਂ, ਇੱਕ ਜੋੜਾ ਲੋਕਲ ਆ ਅਤੇ ਬਾਕੀ ਬਾਹਰ ਦੇ ਕੋਈ ਜੰਡਿਆਲੇ ਦੇ ਕੋਈ ਦੂਰ ਦੁਰਾਡੇ ਦੇ ਨੇ ਜਿਹੜੇ ਆਣ ਕੇ ਅਤੇ ਇੱਥੇ ਠਹਿਰੇ ਹੋਏ ਸੀਗੇ। 5 ਜੈਂਟਸ ਨੇ ਜੀ ਅਤੇ 4 ਲੇਡੀਜ਼ ਨੇ। ਇਹਨਾਂ ਸਾਰਿਆਂ ਦੇ ਉੱਤੇ ਮੁਕੱਦਮਾ ਨੰਬਰ 199 345 ਬਦਕਾਰੀ ਐਕਟ ਸਨ 1956 ਦਰਜ ਕੀਤਾ ਗਿਆ ਵਾ ਅਤੇ ਇਹਨਾਂ ਨੂੰ ਅਦਾਲਤ ਪੇਸ਼ ਕਰਕੇ ਅੱਜ ਇਹਨਾਂ ਨੂੰ ਜੇਲ੍ਹ ਬੰਦ ਕਰਾਇਆ ਜਾਵੇਗਾ।